ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ। ਵੈਲਕਮ ਟੂ ਆਵਰ ਨਿਊ ਵਲੋਗ। ਕਰਦੇ ਹਾਂ ਅੱਜ ਦੇ ਵਲੋਗ ਦਾ ਆਗਾਜ਼ ਕਿ ਮੈਂ ਵਲੋਗ ਬਣਾ ਰਿਹਾ ਜੀ ਕਾਫੀ ਦਿਨਾਂ ਬਾਅਦ, ਜਦੋਂ ਵੀ 12 ਰਬੀ ਲੈਵਲ ਗੁਜ਼ਰੀ ਤਕਰੀਬਨ ਇੱਕ ਹਫ਼ਤਾ ਹੋ ਚੱਲਾ ਆ। ਅਤੇ ਅੱਜ ਹਫ਼ਤੇ ਦਾ ਦਿਨ ਆ ਅਤੇ ਟੂਵੈਲ ਚਲਾਉਣਾ ਵਾ ਆਪਾਂ ਸਵੇਰ ਨੂੰ, ਅਤੇ ਹੁਣ ਟਰੈਕਟਰ ਦੀ ਟੈਂਕੀ ਕਰਾ ਕੇ ਲਿਆਉਣੀ ਆ ਫੁੱਲ। ਇੱਧਰ ਆਪਣੀ ਕਣਕ ਤੋਲ ਕੇ ਰੱਖੀ ਆ ਅਤੇ ਕਣਕ ਕੁਛ ਵੇਚਣੀ ਆ, ਤਕਰੀਬਨ 100 ਘੁਮਾਉਣਾ, ਬਾਕੀ ਦੀ ਪਈ ਅੰਦਰ ਹੀ ਤੋਲ ਕੇ ਰੱਖੀ। ਅੱਜ ਵੀ ਮੈਂ ਕੋਈ ਵਲੋਗ ਨਹੀਂ ਬਣਾਇਆ, ਕਣਕ ਸਾਰੀ ਤੋਲ ਕੇ ਰੱਖੀ ਆ। ਬਾਕੀ ਟਰੈਕਟਰ ਲੈ ਕੇ ਚੱਲਦੇ ਹਾਂ ਸਿੱਧਾ ਸਟਾਪ 'ਤੇ, ਟੈਂਕੀ ਫੁੱਲ ਕਰਾ ਕੇ ਲੈ ਕੇ ਆਉਂਦੇ ਹਾਂ ਅਤੇ ਬਾਕੀ ਅੱਗਿਓਂ ਕਈ ਕੱਢ ਦਈਏ। ਅਤੇ ਇੱਥੇ ਖਲੋਤਾ, ਉੱਤੇ ਕੱਟਾ ਮਿੱਟੀ ਬਹੁਤ ਜ਼ਿਆਦਾ ਪਿਆ, ਇਹਨੂੰ ਸਾਫ਼ ਕਰਦੇ ਹਾਂ ਅੱਛੇ ਤਰੀਕੇ ਦੇ ਨਾਲ ਅਤੇ ਲੈ ਕੇ ਜਾਂਦੇ ਹਾਂ। ਅਤੇ ਇਹਦਾ ਇੱਕ ਪੱਲੀ ਸਾਈਡ ਦਾ ਬੈਰਿੰਗ ਵੀ ਪਵਾਉਣਾ ਵਾ ਅਤੇ ਬਾਕੀ ਤੇਲ ਪਵਾਉਣਾ ਵਾ। ਬਾਕੀ ਚੈਨਲ 'ਤੇ ਜਿਹੜੇ ਦੋਸਤ ਨੇ ਮੈਨੂੰ ਦਰਸ਼ਕ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ। ਚੱਲ ਜੀ ਇੱਥੇ ਚਲੀ ਆਪਣੇ ਟਰੈਕਟਰ 'ਤੇ, ਥੋੜ੍ਹੇ ਕੁ ਪੈਸੇ ਕਟਾਉਣੇ ਸੀਗੇ ਬੰਦੇ ਦੇ ਦੁਕਾਨ ਤੋਂ, ਉਹ ਕਟਾਏ ਆ। ਚੱਲਦੇ ਹੁਣ ਸਿੱਧਾ ਘਰ ਨੂੰ। ਸੁਬਹਾ ਦਾ ਟਾਈਮ ਹੈ ਜੀ, ਇੱਥੇ ਮਰੱਬੇ ਆਏ ਹਾਂ ਆਪਣੇ ਗੱਚ ਨੂੰ ਲੱਗਣ ਡਿਆ ਵਾ ਪਾਣੀ, ਅਤੇ ਜਿਹੜਾ ਇੱਥੇ ਬੀਜ ਕੇ ਗਏ ਸੀਗੇ। ਬਾਕੀ ਇੱਥੇ ਆਪਣਾ ਇੱਕ ਮੰਜਾ ਪਿਆ ਹੁੰਦਾ ਸੀਗਾ, ਮੰਜਾ ਵੀ ਲੈ ਗਿਆ ਚੁੱਕ ਕੇ। ਇਸ ਜਗ੍ਹਾ 'ਤੇ ਨਾ ਇੱਕ ਮੰਜਾ ਹੁੰਦਾ ਸੀ ਜਿਹੜਾ ਆਪਾਂ ਟਰਾਲੇ ਦੇ ਥੱਲੇ ਬੰਨਿਆ ਹੁੰਦਾ ਸੀਗਾ, ਅਤੇ ਉਹ ਟਰਾਲੇ ਦੇ ਥੱਲੇ ਪੱਠੇ ਵਾਲਾ ਮੰਜਾ ਸੀਗਾ ਵੱਡਾ, ਅਤੇ ਉਹ ਇੱਥੇ ਲਿਆ ਕੇ ਮਰੱਬੇ ਰੱਖਿਆ ਹੁੰਦਾ ਸੀਗਾ। ਚਲੋ ਬੰਦਾ ਆ ਕੇ ਇੱਥੇ ਬਹਿ ਜਾਂਦਾ, ਲੇਕਿਨ ਕੋਈ ਚੁੱਕ ਕੇ ਹੀ ਲੈ ਗਿਆ। ਬਾਕੀ ਹੁਣ ਮਰੱਬੇ ਆਏ, ਸੁਬਹਾ ਦਾ ਟਾਈਮ ਆ, ਖਾਣਾ ਛਾਣਾ ਲੈ ਕੇ ਆਏ ਹਾਂ ਅਤੇ ਪਾਣੀ ਲੱਗਣ ਡਿਆ ਵਾ। ਆਪਣੀ ਟੂਵੈਲ ਵੀ ਚੱਲਣ ਡਿਆ ਵਾ, ਮੋਟਰ ਵੀ ਪਿੱਛੇ ਚੱਲਣ ਡਈ ਆ, ਅਤੇ ਦੂਸਰੇ ਨੰਬਰ 'ਤੇ ਨਹਿਰੀ ਪਾਣੀ ਵੀ ਆ। ਦੇਖ ਲਓ ਹੁਣ ਸੁਬਹਾ ਦਾ ਆਏ ਹਾਂ, ਆਹ ਵੀ ਡੇਢ ਪੈਲੀ ਭਰ ਗਈ ਆ, ਅਤੇ ਪੈਲੀ ਉਹ ਵੀ ਭਰ ਗਈ ਆ, ਤਕਰੀਬਨ 20 ਕੁ ਰਹਿੰਦਾ ਭਰਨ ਵਾਲਾ, ਅਤੇ ਆਲਮੋਸਟ ਸਾਰਾ ਕੰਪਲੀਟ ਹੋ ਜਾਣਾ ਕੰਮ। ਅਤੇ ਬਾਕੀ ਚੱਲਣਾ ਇਹੀ 21 ਘੰਟੇ ਬਾਰੀ, 21 ਘੰਟੇ ਟੂਵੈਲ ਵੀ ਚੱਲਣਾ, ਪਾਣੀ ਵੀ ਨਹਿਰੀ ਪਾਣੀ ਵੀ ਆ, ਅਤੇ ਉੱਧਰੋਂ ਉੱਨਾ ਚਿਰ ਪਿੱਛੋਂ ਮੋਟਰ ਵੀ ਚੱਲਣੀ ਆ। ਕਮਾਲ ਨੂੰ ਸਾਰਿਆਂ ਨੂੰ ਵੀ ਪਾਣੀ ਲੱਗਣਾ ਆ। ਕਪਾਹ ਆਪਣੀ ਤੋੜ ਹੋ ਗਈ ਆ, 3-4 ਦਿਨ ਲਗਾਤਾਰ ਚੰਗੀ ਕਪਾਹ ਤੋੜੀ ਆ, ਤਕਰੀਬਨ ਮਨ ਮਨ ਇੱਕ ਦਿਨ 'ਚ ਮਤਲਬ ਟੁੱਟ ਜਾਂਦੀ ਸੀਗੀ 1 ਵੀਘੇ 'ਚੋਂ। ਅਤੇ ਮੈਂ ਉਹ ਵਲੋਗ ਨਹੀਂ ਬਣਾਏ ਹੈਗੇ ਕਿਉਂਕਿ ਜਦੋਂ ਦੀ 12 ਰਬੀ ਲੈਵਲ ਖਤਮ ਹੋਈ ਆ, ਆਹ ਹੀ ਵਲੋਗ ਸ਼ੁਰੂ ਕੀਤਾ ਆ ਕੱਲ੍ਹ। ਬਾਕੀ ਦਾਣੇ ਸੁਬਹਾ ਚੁੱਕ ਕੇ ਲੈ ਗਏ ਆ ਬੰਦੇ ਜਿਨ੍ਹਾਂ ਦੇ ਤੋਲ ਕੇ ਰੱਖੇ ਸੀਗੇ, ਅਤੇ ਅੱਧੇ ਕੁ ਰਹਿੰਦੇ ਉਹਨਾਂ ਦੇ ਲਿਜਾਣ ਵਾਲੇ, ਅੱਧੇ ਕੁ ਲੈ ਗਏ ਆ। ਇੱਧਰਲੀ ਸਾਈਡ 'ਤੇ ਆਪਣੀ ਕਪਾਹ,
ਅੱਕੇ ਜੀ ਆਪਾਂ ਹੁਣ ਚੱਲੇ ਆ ਮੋਗੇ ਦੇ ਗੇੜਾ ਮਾਰਨ ਤੇ ਇਧਰਲੀ ਸਾਈਡ ਤੇ ਆਪਣਾ ਬਾਜਰਾ ਹੈ। ਕਾਫੀ ਚਿਰ ਬਾਅਦ ਆਏ ਆਪਣੇ ਬਾਜਰੇ ਦੀ ਫਸਲ ਵੱਲ, ਮਤਲਬ ਉਹ ਪਰਲੀ ਸਾਈਡ ਤੋਂ ਬਾਜਰਾ ਬਿਲਕੁਲ ਆਪਣਾ ਤਿਆਰ ਹੋ ਚੁੱਕਿਆ ਆ, ਇਧਰਲੀ ਸਾਈਡ ਤੋਂ ਇਹ ਛੋਟਾ ਛੋਟਾ ਆ ਤੇ ਉਦੋਂ ਦਾ ਬੀਜਿਆ ਜਦੋਂ ਆਪਾਂ ਇਸਲਾਮਾਬਾਦ ਚੱਲੇ ਸੀਗੇ ਨਾ, ਇਸਲਾਮਾਬਾਦ ਜਾਣ ਤੋਂ ਹਫ਼ਤਾ ਆਪਾਂ ਇਹਨੂੰ ਬੀਜਿਆ ਸੀਗਾ, ਮਤਲਬ ਇਹਨੂੰ 2 ਕੁ ਮਹੀਨੇ ਹੋ ਗਏ ਬੀਜੋ ਇਹਨੂੰ ਜਿਹੜਾ ਬਾਜਰਾ ਆ। ਆ ਵੀ ਇਹਦੇ ਨਾਲ ਹੀ ਬੀਜਿਆ ਲੇਕਿਨ ਇਹ ਛੋਟਾ ਛੋਟਾ ਆ, ਉਹ ਪਿੱਛੇ ਬਹੁਤ ਆਲਾ ਆ ਬਾਜਰਾ। ਅਤੇ ਹੁਣ ਜਾਂਦੇ ਮੌਕੇ 'ਤੇ ਗੇੜਾ ਮਾਰ ਕੇ ਆਉਂਦੇ ਹਾਂ, ਹਾਲਾਂਕਿ ਸੁਬਾਹ ਵੀ 2 ਵਾਰੀ ਗੇੜਾ ਮਾਰ ਰਹੇ ਹਾਂ, ਲੇਕਿਨ ਜਿੰਨੀ ਵਾਰੀ ਗੇੜਾ ਮਾਰੂੰਗੇ ਉੰਨੀ ਵਾਰੀ ਠੀਕ ਰਹਿਣਾ ਆ, ਕਿਉਂਕਿ ਪਿੱਛੇ ਮਤਲਬ ਸਮਾਨ ਸਮੂਨ ਦੰਦ ਬਹੁਤ ਹੁੰਦਾ ਨਾ, ਆ ਮੌਕੇ 'ਚ ਫਸਦਾ ਰਹਿੰਦਾ ਆ। ਅਤੇ ਆਹ ਸਾਹਮਣੇ ਮੋਟਰਵੇ ਆ ਚੱਲ ਰਹੀ, ਉਹ ਜੀ ਹੁਣ ਆ ਕੇ ਪਹੁੰਚੇ ਮੋਗੇ ਦੇ। ਇੰਨਾ ਲੰਮਾ ਸਫ਼ਰ ਆ ਸਾਡੇ ਮੋਗੇ ਦਾ, 10 ਮਰੱਬੇ ਪਾਰ ਜਾ ਕੇ ਸਾਡਾ ਨਹਿਰੀ ਪਾਣੀ ਲੱਗਦਾ। ਐਤਕੀ ਪਾਣੀ ਤਾਂ ਕੁਛ ਠੀਕ ਆ, ਪੈਪ ਢੱਕਿਆ ਵਾ, ਇਹ ਕੀ ਕਰਦਾ। ਉੱਥੇ ਵੀ ਠੀਕ ਆ, ਅਗਲਾ ਨੱਕਾ ਚੈੱਕ ਕਰ ਲੈਂਦੇ ਹਾਂ ਇੱਕ ਵਾਰ, ਠੀਕ ਆ ਜੀ। ਆਏ ਆਪਾਂ ਡੇਰੇ, ਇੱਥੋਂ ਦਰੇਕ ਲੈ ਕੇ ਜਾਣੀ ਥੋੜ੍ਹੀ ਕੁ ਬੱਕਰੀਆਂ ਵਾਸਤੇ, ਗਾਚਾ ਤਾਂ ਉਹ ਖਾਂਦੀਆਂ ਨਹੀਂ ਹੈਗੀਆਂ, ਇੱਦਾਂ ਦਰੇਕ ਲੈ ਕੇ ਜਾਣੀ ਆ। ਬਾਕੀ ਆਹ ਇੱਕ ਦਰੇਕ ਟੁੱਟ ਕੇ ਡਿੱਗੀ ਆ ਸਰਦੀਆਂ ਦੀ, ਆਪਾਂ ਹੀ ਤੋੜ ਕੇ ਸੁੱਟੀ, ਟਰਾਲਾ ਬੈਕ ਕਰਨੇ ਸੀ, ਟਰਾਲਾ ਇੱਕ ਸਾਈਡ ਤੋਂ ਵੱਜਾ ਵਿੱਚ, ਜ਼ੋਰ ਲੱਗਾ ਥੱਲੋਂ, ਪਹਿਲੋਂ ਉਖੜੀ ਸੀਗੀ ਸਾਰੀ ਨਾ, ਸੇਕ ਨੇ ਖਾਧੀ ਸੀ, ਟਰਾਲੇ ਦਾ ਝਟਕਾ ਲੱਗਾ ਸਾਰੀ ਡਿੱਗ ਗਈ, ਫਿਰ ਉੱਦਾਂ ਸਾਈਡ 'ਤੇ ਕੀਤੀ ਆ। ਅਤੇ ਇੱਥੋਂ ਤੋੜਦੇ ਹਾਂ ਦਰੇਕ ਅਤੇ ਚੱਲਦੇ ਹਾਂ ਸਿੱਧਾ ਫਿਰ ਘਰ ਨੂੰ, ਜਾ ਕੇ ਘਰ ਦੱਸਦੇ ਹਾਂ ਕੀ ਕਰਨਾ। ਅਲੀ ਹੈਦਰੇ ਲਓ ਅਮਰੂਦ ਤੋੜਨ ਚੱਲ ਜਾ, ਇੱਧਰ ਨੂੰ ਅਮਰੂਦ ਤੋੜਨ ਚੱਲ ਗਿਆ ਪਰ। ਬਾਕੀ ਟਰਾਲਾ ਆਪਣਾ ਖੜਾ ਵਾ ਛਾਵੇਂ ਉੱਤੇ, ਛਾਂ ਕਾਫੀ ਜ਼ਿਆਦਾ ਆ, ਇੱਧਰ ਬੇਰੀ ਦੀ ਛਾਂ ਵਾ, ਇੱਧਰ ਦੂਸਰੀ ਛਾਂ ਆ, ਉੱਧਰ ਦਰੇਕਾਂ ਦੀ ਛਾਂ ਵਾ, ਇੱਧਰੋਂ ਵੀ ਮਤਲਬ ਟੈਨਸ਼ਨ ਕੋਈ ਨਹੀਂ ਹੈਗੀ, ਕਿਉਂਕਿ ਜਿਹੜਾ ਮਤਲਬ ਧੁੱਪ 'ਚ ਖੜਾ ਰਹੇ, ਇੱਕ ਤਾਂ ਇਹਦੇ ਜਿਹੜੇ ਫੱਟੇ ਉਤਲੇ ਲੱਕੜੀ ਦੇ ਛੱਤ ਉਹ ਜ਼ਿਆਦਾਤਰ ਡੈਮੇਜ ਹੁੰਦੀ ਆ, ਬਾਕੀ ਟਾਇਰਾਂ ਨੂੰ ਵੀ ਨੁਕਸਾਨ ਹੁੰਦਾ ਆ। ਪਰ ਇਹ ਕਾਫੀ ਲੋਕ ਖੜਾ ਵੀ ਕਰੀ ਰੱਖਦੇ, ਕਿਉਂਕਿ ਇਹ ਫਿਰ ਹੁਣ ਸਾਲ ਹੋ ਗਏ ਇੱਦਾਂ ਹੀ ਖੜੇ ਹੀ ਰਹਿਣੇ ਆ, ਸਰਦੀਆਂ ਨੇ ਆ ਜਾ ਕੇ ਕੱਢਣੇ ਹੁੰਦੇ ਆ। ਚੱਲ ਆ ਜਾ ਯਾਰ ਛੇਤੀ, ਇੱਧਰ ਹੀ ਸਾਈਡ ਤੋਂ ਆਪਣਾ ਚੁੱਭਾ ਹੁੰਦਾ ਸੀ ਗੁੜ ਬਣਾਉਣ ਵਾਲਾ, ਦੇਖੋ ਇਹਦੀ ਹਾਲਤ ਕੀ ਬਣੀ ਪਈ ਇੱਥੇ। ਬਾਕੀ ਹੁਣ ਦਰੱਖਤਾਂ ਦੇ ਪੱਤੇ ਪੁੱਤੇ ਵੀ ਝੜਨ ਲੱਗ ਪਏ ਆ ਆਸਤਾ ਆਸਤਾ, ਕਿਉਂਕਿ ਆ ਅਕਤੂਬਰ ਦਾ ਮਹੀਨਾ ਆਉਣ ਵਾਲਾ ਆ, ਖਜ਼ਾਨ ਦਾ ਮੌਸਮ ਸ਼ੁਰੂ ਆ, ਅਤੇ ਆਸਤਾ ਆਸਤਾ ਸਰਦੀਆਂ ਵੀ ਆ ਰਹੀਆਂ ਆ। ਅਤੇ ਬਾਕੀ ਤੁਸੀਂ ਕਮੈਂਟ 'ਚ ਦੱਸਿਓ ਤੁਹਾਨੂੰ ਮੌਸਮ ਕਿਹੜਾ ਸਹੀ ਲੱਗਦਾ, ਆਪਾਂ ਨੂੰ ਤਾਂ
ਸਰਦੀਆਂ ਦਾ ਮੌਸਮ ਸਹੀ ਲੱਗਦਾ ਆ। ਬਾਕੀ ਸਾਹਮਣੇ ਕਮਾਲ ਆ ਤਾਈ ਦਾ। ਚੱਲ ਉਹ ਜੀ ਨਲਕਿਆਂ ਤੋਂ ਇੱਥੋਂ ਆਏ ਹਾਂ ਪਾਣੀ ਲੈਣ ਰੜਿਓ, ਅਤੇ ਪਾਣੀ ਸਾਣੀ ਭਰਦੇ ਹਾਂ ਕੈਨ ਦੇ ਵਿੱਚ, ਰੋਜ਼ਾਨਾ ਹੀ ਕੈਨ ਭਰ ਕੇ ਲੈ ਕੇ ਜਾਈਦੀ ਆ, ਨਾਲੇ ਆਪਾਂ ਵੀ ਇੱਥੋਂ ਪਾਣੀ ਪੀਂਦੇ। ਇਸ ਨਲਕਿਆਂ ਦਾ ਪਾਣੀ ਬਹੁਤ ਠੰਡਾ ਵਾ ਅਤੇ ਨਾਲੇ ਮਿੱਠਾ ਪਾਣੀ ਆ, ਸਾਫ਼ ਸੁਥਰਾ। ਅਤੇ ਬਾਕੀ ਚੱਲਦੇ ਹਾਂ ਪਾਣੀ ਭਰ ਗਿਆ ਕਰਨ। ਮੋਟਰਸਾਈਕਲ 'ਚ ਨਾਲੇ ਪਾਇਆ ਪੈਟਰੋਲ ਪੰਪ ਤੋਂ ਜਾ ਕੇ, ਨਾਲੇ ਖਾਦ ਦੀ ਬੋਰੀ ਲਾ ਪਤਾ ਨਹੀਂ। ਬਾਕੀ ਆਪਣਾ ਇਧਰਲੀ ਜਗ੍ਹਾ ਸਾਰੀ ਭਰ ਗਈ ਆ। ਆਹ ਕਿਹੜੀ ਖਾਦ ਆ ਪਾਣੀ ਕਿਉਂ ਉਤਰ ਜਾਂਦਾ ਚਾਚਾ ਵੀ ਜੇ ਬਾਕੀ ਆਪਣਾ ਪਾਣੀ ਮਤਲਬ ਨਹਿਰ ਹੀ ਪਾਣੀ ਘੱਟ ਗਿਆ ਵਾ ਪਿੱਛੋਂ, ਹੁਣ ਗੇੜਾ ਮਾਰ ਕੇ ਉਹਨੇ ਕੀ ਵਜ੍ਹਾ ਬਣੀ ਹੈ, ਅਤੇ ਮੋਟਰ ਦਾ ਪਾਣੀ ਤਾਂ ਚੱਲਣ ਡਿਆ ਵਾ, ਮਤਲਬ ਪਾਣੀ ਸਾਫ਼ ਹੋ ਗਿਆ ਨਾ, ਮਤਲਬ ਮੋਟਰ ਦਾ ਪਾਣੀ ਆਉਣ ਲੱਗ ਪਿਆ ਅਤੇ ਨਹਿਰੀ ਪਾਣੀ ਘੱਟ ਗਿਆ। ਸਾਡੇ ਇੱਥੇ ਲੋਕ ਬਹੁਤ ਪਾਣੀ ਤੋੜਦੇ ਆ, ਨਹਿਰੀ ਮੋਗਾ ਬੰਦ ਕਰ ਦਿੰਦੇ ਆ ਜਾਂ ਨਹਿਰੀ ਪਾਣੀ ਤੋੜ ਲਿਆ, ਹੁਣ ਜਾ ਕੇ ਦੇਖਦੇ ਪਹਿਲੇ ਨੰਬਰ 'ਤੇ ਮੋਗਾ, ਜੇ ਮਤਲਬ ਮੋਗਾ ਸਾਫ਼ ਹੋਇਆ ਫਿਰ ਕਿਸੇ ਕਿਹਾ ਹੋਣਾ। ਆਪਣਾ ਬਿਲਕੁਲ ਠੀਕ ਆ, ਮਤਲਬ ਕਿਸੇ ਨੇ ਨਰਾਹ 'ਚ ਨੱਕਾ ਪੁੱਠਾ ਕੀਤਾ ਹੋਣਾ ਜਾਂ ਮਾੜਾ ਕੁ ਕੁਆਸਾ ਕੀਤਾ ਹੋਣਾ ਕਿ ਅੱਧਾ ਪਾਣੀ ਐਨੂੰ ਆਈ ਜਾਵੇ ਅਤੇ ਅੱਧਾ ਅੱਗੇ ਨੂੰ ਜਾਈ ਜਾਵੇ। ਹੁਣ ਰਾਹ 'ਚੋਂ ਦੇਖਦੇ ਹਾਂ ਨੱਕੇ ਸਾਰੇ ਚੈੱਕ ਕਰਨੇ ਆ, ਇੱਥੇ ਵੀ ਪਾਣੀ ਲੱਗਣ ਡਿਆ ਕਮਾਦ ਨੂੰ, ਪਾਣੀ ਪਿੱਛੋਂ ਆ ਰਿਹਾ ਅੱਧਾ ਐਨੂੰ ਜਾ ਰਿਹਾ ਅਤੇ ਬਾਕੀ ਤਾਂ ਅੱਗੇ ਐਨੂੰ। ਦਵਾਈ ਰੱਖੀ ਉਹ ਵੀ ਫਲੱਡ ਹੋ ਰਹੀ ਆ ਨਾਲ ਨਾਲ, ਇਸ ਕਮਾਦ ਨੂੰ ਪਾਣੀ ਲੱਗਣਾ ਆ ਬਾਅਦ 'ਚੋਂ, ਇਸ ਕਮਾਦ ਨੂੰ ਲੱਗੂਗਾ ਬਾਅਦ 'ਚ, ਇੱਥੋਂ ਸਿੱਧਾ ਪਾਣੀ ਜਾਊਗਾ ਅੱਗੇ ਅੱਗੇ ਉਹਨਾਂ ਨੂੰ ਖਾਲ ਜਾਂਦੀ ਆ। ਇਹ ਆਪਣੀ ਕਪਾਹ ਦੀ ਫਸਲ, ਟੂਵਲ ਵੱਲ ਜਾਂਦੇ ਦੇਖ ਕੇ ਉਹਨੇ ਟੂਵਲ 'ਤੇ ਕੀ ਸੂਰਤ ਹਾਲਾ, ਕਪਾਹ ਆਪਣੀ ਤੋੜ ਲਈ ਆ ਸਾਰੀ, ਤਕਰੀਬਨ ਦੋ ਮਣ ਦੋ ਢਾਈ ਮਣ ਕਪਾਹ ਐਤਕੀ ਤੋੜੀ ਆ, ਯਾਨੀ ਇੱਕ ਵਾਰੀ ਇਸ ਵੀਗੇ 'ਚ ਵੀ, ਅਤੇ ਮਸਲਾ ਠੀਕ ਆ ਅਤੇ ਇਹ ਹੋਰ ਕਾਫੀ ਜ਼ਿਆਦਾ ਤੋੜਨੀ ਆ। ਸਾਹਮਣੇ ਆਪਣਾ ਟੋਲ ਚੱਲਣ ਡਿਆ ਆ ਅਤੇ ਆ ਕੇ ਇੱਥੇ ਬੈਠ ਗਏ ਹਾਂ,
ਮੈਂ ਕਿਹਾ ਵੀ ਜਾਈ ਉੱਦਾਂ ਹੀ ਆਉਂਦਾ ਵਾ, ਫਿਰ ਆਪਾਂ ਜਾਣਾ ਘਰ ਨੂੰ। ਇੱਧਰੋਂ ਉਹਨੇ ਗੇੜਾ ਮਾਰ ਕੇ ਅਤੇ ਮੋਗਾ 'ਚ ਦੇਖ ਕੇ ਅਸੀਂ ਬਿਲਕੁਲ ਖਰਾਬ ਆ। ਪਤਾ ਹੁਣ ਪਾਣੀ ਕਿਸੇ ਨੇ ਲਾ ਰਾਹ 'ਚ ਨੱਕੇ 'ਚ ਤੋੜਿਆ ਵਾ ਜਾਂ ਕੀ ਹਿਸਾਬ ਕਿਤਾਬ ਆ। ਅਤੇ ਆਪਣਾ ਨੱਕੇ ਨੁੱਕੇ ਅਸੀਂ ਮੋੜ ਆਏ ਹਾਂ, ਇੱਥੇ ਮੂੰਹ ਹੱਥ ਹੋ ਗਿਆ ਕੇ ਬੈਠੇ ਹਾਂ। ਅਤੇ ਹੁਣ ਚਾਚੇ ਵੀ ਜਾਣੀ ਇੱਧਰੋਂ ਆਉਣਾ ਵਾ, ਦੁਪਹਿਰ ਦਾ ਟਾਈਮ ਹੋ ਚੱਲਾ ਵਾ ਅਤੇ ਦੁਪਹਿਰ ਦਾ ਖਾਣਾ ਵਗੈਰਾ ਵੀ ਲੈ ਕੇ ਆਉਂਦੇ ਹਾਂ। ਟਾਈਮ ਹੋ ਗਿਆ ਵਾ 11:46 ਹੋ ਚੁੱਕੇ ਆ। ਅਤੇ ਇੱਥੇ ਤੋਂ ਬਈ ਆਪਾਂ ਫਿਰ ਆ ਜਾਣਾ ਮੇਰਾ ਪੇ ਕਿ ਆਪਾਂ ਇਸ ਗਿਆ ਮਰੱਬੇ ਦੇ ਹੁਣ ਚੱਲੇ ਹਾਂ ਘਰ ਨੂੰ। ਅਤੇ ਉੱਥੇ ਮੋਗੇ ਦੇ ਇੱਕ ਵਾਰੀ ਗੇੜਾ ਮਾਰ ਕੇ ਆਉਣਾ ਵਾ ਅਤੇ ਦਰੇਕ ਵੀ ਤੋੜ ਕੇ ਲੈ ਕੇ ਜਾਣੀ। ਉਹ ਅਲੀ ਹੈਦਰ ਦੁਬਾਰਾ ਆਊਗਾ, ਹੁਣ ਮਰੱਬੇ ਲੈ ਕੇ ਜਾਊਗਾ। ਅਤੇ ਆਪਾਂ ਚੱਲੇ ਹਾਂ ਘਰ ਨੂੰ। ਘਰ ਨਾ ਜਿਹੜੀ ਆਪਾਂ ਕਣਕ ਤੋੜ ਕੇ ਰੱਖੀ ਆ, ਸੁਬਹਾ ਤੁਹਾਨੂੰ ਦਿਖਾਈ ਸੀਗੀ ਵਲੋਗ ਦੇ ਵਿੱਚ, ਉਹ ਕਣਕ ਚੁੱਕਣ ਆਉਣ ਡੇ ਆ। ਅਤੇ ਉਹਨਾਂ ਨੇ ਜਾ ਕੇ ਕਣਕ ਚੁਕਾਉਣੀ ਆ, ਉਹਦੇ ਵਿੱਚੋਂ 10 ਕੁ ਮਣ ਘੱਟ ਆ। ਉਹ 10 ਕੁ ਮਣ ਸੁਬਹਾ ਇੱਕ ਭਾਈ ਲੈ ਕੇ ਗਿਆ ਸੀਗਾ, ਅਤੇ ਉਹ 10 ਕੁ ਮਣ ਹੋਰ ਤੋੜ ਕੇ ਉਹਨਾਂ ਨੂੰ ਦੇਣੀ ਆ। ਅਤੇ ਜਾ ਕੇ ਦੇਖਦੇ ਕੀ ਸੋਚਿਆ ਆ, ਉੱਥੇ ਜਾ ਕੇ ਦੱਸਦੇ। ਅਤੇ ਬਾਕੀ ਅਲੀ ਹੈਦਰ ਹੁਣ ਦੁਬਾਰਾ ਮਰੱਬੇ ਫੇਰ ਆਊਗਾ, ਦਰੇਕ ਲੈ ਕੇ ਜਾਣੀ ਆ ਅਤੇ ਮੌਕੇ 'ਤੇ ਗੇੜਾ ਵੀ ਮਾਰ ਕੇ ਆਉਣਾ ਜਾਂ ਕੇ ਜਾ ਕੇ ਜਾ ਕੇ ਚੱਲਦੇ ਸਿੱਧਾ ਘਰ। ਉਹ ਜੇ ਗੰਦਮ ਇੱਥੇ ਜਾ ਰਹੀ ਆਪਣੀ ਸਾਰੀ ਜੀ, ਕਣਕ ਚੁੱਕ ਹੋ ਗਈ ਹੈ ਸਾਰੀ ਜਿਹੜੀ ਵੀ ਅੱਜ ਸੁਬਹਾ ਤੋਲੀ ਸੀਗੀ। ਆਹ ਬੰਦਾ ਨਿਕਲਿਆ ਨੇੜ ਆ ਪਸੀਨੇ ਨਾਲ ਨਹਾ ਕੇ ਸਿਰ ਸੁਰ ਵਾਹ ਕੇ। ਢੇਕ ਵੀ ਲੈ ਕੇ ਆ ਚੁੱਕੇ ਆ ਅਲੀ ਹੈਦਰ ਨੂੰ ਮਲਦੇ ਆ ਰਹੇ ਗਏ ਜਾ ਜੇ ਉਹ ਸਾਹਮਣੇ ਮੋੜ ਵੀ ਨਹੀਂ ਮੁੜੇ ਹੈਗੇ ਅਲੀ ਹੈਦਰ ਹੁਣੀ ਉੱਧਰੋਂ ਆ ਗਏ ਆ। ਚਲੋ ਦੋਸਤੋ, ਸ਼ਾਮ ਦਾ ਟਾਈਮ ਆ, ਢੇਕ ਲੈਣ ਆਏ ਆਪਣੇ ਡੇਰੇ। ਅਤੇ ਟੂਵੈਲ ਆਪਾਂ ਚਲਾਇਆ ਸੀਗਾ ਕੱਲ੍ਹ ਪਰਸੋਂ, ਅਤੇ 2 ਦਿਨ ਫਿਰ ਦੁਬਾਰਾ ਵਲੋਗ ਨਹੀਂ ਬਣਾਇਆ। ਅੱਜ ਮਰੱਬੇ ਆਏ ਹਾਂ, ਸ਼ਾਮ ਦਾ ਟਾਈਮ ਹੋ ਗਿਆ ਵਾ, ਅਤੇ ਉੱਤੇ ਚੜਿਆ ਦਰੇਕ ਲਾਉਣ ਲਈ ਡੇਰੀਆਂ ਪੌੜੀ ਲੈ ਕੇ ਆਏ ਹਾਂ। ਇੱਧਰਲੀ ਸਾਈਡ 'ਤੇ ਕਮਾਹ ਦਾ ਸਨਵਾਂ ਹੀ ਕਮਾਹ ਦਾ ਕਣਕ ਚੁੱਕ ਕੇ ਲਾਇਆ ਵਾ, ਅਤੇ ਇੱਥੇ ਨਾਲੀਆਂ ਦਾ ਪਾਣੀ ਲੱਗਦਾ ਰਹਿੰਦਾ, ਜਿਹਦੀ ਵਜ੍ਹਾ ਤੋਂ ਨਾ ਮਤਲਬ ਇੰਨੀ ਖਾਦਾਂ ਦੀ ਲੋੜ ਨਹੀਂ ਪੈਂਦੀ ਹੈਗੀ, ਅਤੇ ਫਰਟੀਲਾਈਜ਼ਰ ਇਹਨੂੰ ਕੰਪਲੀਟ ਮਿਲ ਜਾਂਦੀ ਆ, ਖਾਦਾਂ ਜਿੰਨੀ ਮਤਲਬ ਅਸਰ ਮਿਲਦਾ ਨਾਲੀਆਂ ਵਾਲੇ ਪਾਣੀ ਨਾਲ। ਹਜੇ ਵੀ ਲੱਗਣ ਡਿਆ ਕਿਸੇ ਦੇ ਐਂ ਨੂੰ ਜਾ ਰਿਹਾ ਪਾਣੀ। ਸਾਹਮਣੇ ਗਾਚਾ ਹੈ, ਇੱਥੋਂ 2 ਕੁ ਦਿਨ ਵੱਢ ਕੇ ਲੈ ਕੇ ਵੀ ਗਏ ਹਾਂ, ਲੇਕਿਨ ਬੱਕਰੀਆਂ ਸਹੀ ਤਰ੍ਹਾਂ ਖਾਂਦੀਆਂ ਨਹੀਂ ਹੈਗੀਆਂ, ਇਸ ਵਜ੍ਹਾ ਤੋਂ ਦਰੇਕ ਲੈ ਕੇ ਜਾਈਦੀ ਆ। ਬਾਕੀ ਇੱਧਰ ਕਮਾਹ ਦਾ ਕਣਕ ਚੁੱਕ ਕੇ ਲਾਇਆ ਹੋਇਆ, ਉੱਤੇ ਚੜਿਆ ਵਾ, ਦੇਖਦੇ ਹੁਣ ਕਿੰਨੀ ਕੁ ਤੋੜਦਾ ਵਾ, ਅਤੇ ਫਿਰ ਤੋੜ ਕੇ ਅਤੇ ਫਿਰ ਪੌੜੀ ਇੱਧਰ ਲਾਵਾਂਗੇ। ਇੱਧਰੋਂ ਲਾਉਣ ਤੋਂ ਬਾਅਦ ਜਿਹੜੀ ਵੀ ਗੁਜ਼ਾਰੇ ਹੋਈ ਅਤੇ ਫਿਰ ਉਹਨੂੰ ਲੈ ਜਾਵਾਂਗੇ ਘਰ। ਅਤੇ ਬਾਕੀ ਦਾ ਵਲੋਗ